ਜੋੜਾ ਬੰਦਾ ਨਸ਼ਾ ਨਾਲੋਂ ਤੋੜ ਕੇ ਸਿੱਖੀ ਦੇ ਨਾਲ ਜੋੜ ਰਿਆ ਸਿੱਖੀ ਦਾ ਪ੍ਰਚਾਰ ਕਰ ਰਿਆ ਫਿਰ ਤੁਹਾਨੂੰ ਕਿਵੇਂ ਗਲਤ ਲੱਗਦਾ ਗੱਲ ਇਹ ਕਿ ਪਹਿਲਾਂ ਮੋਨਾ ਕੋ ਨਾ ਸੀ ਐ ਜਾਂ 2 ਮਹੀਨੇ ਜਮ ਜਮ ਆਏ ਨੂੰ ਇਹਨੂੰ ਕਿੰਨੀ ਹਿਸਟਰੀ ਆ ਗਈ ਜੀ ਇਹ ਕਿਹੜਾ ਚਮਤਕਾਰ ਕਰਦਾ ਕੋਈ ਇਹਨੇ ਆ ਕੇ ਆ ਖਾਲਸਤਾਨ ਮਰਦਾਬਾਦ ਗੁਰਸਿਮਰਦਨ ਮੰਡਰੇ ਬਾਹ ਦੇ ਕੱਲੇ ਲਿਖਾਇਆ ਆ ਆ ਖਾਲਸਤਾਨ ਮਰਦਾਬਾਦ ਗੁਰਸਿਮਰਦਨ ਮੰਡਰੇ ਬਾਹ ਦੇ ਕੱਲੇ ਲਿਖਾਇਆ ਆ ਜਦੋਂ ਇਹ ਸਾਡੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਬਕਵਾਸ ਕਰਦਾ ਪਿਆ ਉਹ ਸਾਡੀ ਇੰਦਰਾ ਗਾਂਧੀ ਦੇ ਖਿਲਾਫ ਬਕਵਾਸ ਮਾਰੂਗਾ ਫਿਰ ਉਹਨੂੰ ਕਸੀਂ ਚਰ ਲਈਏ ਉਹਨੂੰ 84 ਦੇ ਵਿੱਚ ਅਟੈਕ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੀ ਅਸੀਂ ਗੱਲ ਕਰ ਲਈਏ ਕਈ ਲੋਕ ਮੰਨਦੇ ਆ ਲੋ ਬਹੁਤ ਸਾਰੇ ਲੋਕ ਮੰਨਦੇ ਆ ਕਿ ਉਹ ਜਿਹੜਾ ਅਟੈਕ ਹੋਇਆ ਸੀ ਉਹ ਇੰਦਰਾ ਗਾਂਧੀ ਵੱਲੋਂ ਕਰਵਾਇਆ ਗਿਆ ਸੀ ਕਿ ਜਿਹੜਾ ਵਿੱਚ ਬੰਦਾ ਬੈਠਾ ਸੀ ਉਹੀ 100 ਪੈਸੇ ਗੱਲ ਤੁਸੀਂ ਜਰਨੈਲ ਸਿੰਘ ਭਿੰਡਰਾਂਵਾਲਾ ਗੱਲ ਸੀ ਉੱਥੇ ਓ ਕੀ ਤੁਹਾਡੀ ਪੰਜਾਬ ਨੂੰ ਦੇਣ ਕੀ ਹੈ ਕੀ ਤੁਸੀਂ ਪੰਜਾਬ ਲਈ ਕੀਤਾ ਕੀ ਹੈ ਤੁਸੀਂ ਤੁਸੀਂ ਸਿਰਫ ਇੰਨਾ ਹੀ ਕੀਤਾ ਤੁਸੀਂ ਪਿੰਡਰਾਵਲ ਦੇ ਖਿਲਾਫ ਬੋਲਦੇ ਹੋ ਤੁਸੀਂ ਅਮਰਤਪਾਲ ਦੇ ਖਿਲਾਫ ਬੋਲਦੇ ਹੋ ਤੁਸੀਂ ਬੋਲ ਬੋਲ ਕੇ ਤੁਸੀਂ ਤੁਸੀਂ ਬੋਲ ਬੋਲ ਕੇ ਤੁਸੀਂ ਸਿਕਿਉਰਟੀਆਂ ਲੈ ਲਈਆਂ 15-15 ਮੁਲਾਜ਼ਮ ਤੁਸੀਂ ਚੱਕੀ ਫਿਰਦੇ ਹੋ ਜਿਹੜੇ 15 ਮੁਲਾਜ਼ਮਾਂ ਦੀ ਤਨਖਾਹ ਸਰਕਾਰ ਵੱਲੋਂ ਆਉਂਦੀ ਹੈ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਚੋਂ ਤੁਸੀਂ ਆਪਣੇ ਖਰਚੇ ਚਲਾ ਰਹੇ ਹੋ ਸਿਰਫ ਆਪਣੇ ਲਈ ਤੁਸੀਂ ਸਿਕਿਉਰਟੀਆਂ ਲੈਣ ਦੀ ਖਾਤਰ ਸਾਰਾ ਕੁਝ ਕਰਦੇ ਹੋ ਅਮਰਤਪਾਲ ਬਾਹਰੋਂ ਪੰਜਾਬ ਦੇ ਵਿੱਚ ਆਉਂਦੇ ਆ ਤੇ ਜਦੋਂ ਇੱਥੇ ਉਹ ਆਉਂਦੇ ਆ ਉਹਨਾਂ ਦੇ ਮਗਰ ਲੱਗੇ 1100 ਨੌਜਵਾਨ ਨੇ ਜਿਹੜੇ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਦੇ ਆ ਤੇ ਅੱਜ ਫੇਰ ਜਿਹੜਾ ਕਈ ਨੌਜਵਾਨਾਂ ਵੱਲੋਂ ਉੱਥੇ ਦਰਬਾਰ ਸਾਹਿਬ ਪਹੁੰਚ ਕੇ ਅੰਮ੍ਰਿਤ ਛਕਿਆ ਜਾਂਦਾ ਜੋੜਾ ਬੰਦਾ ਨਸ਼ੇ ਨਾਲੋਂ ਤੋੜ ਕੇ ਸਿੱਖੀ ਦੇ ਨਾਲ ਜੋੜ ਰਿਹਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਫਿਰ ਤੁਹਾਨੂੰ ਕਿਵੇਂ ਗਲਤ ਲੱਗਦਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇੰਟਰਵਿਊ ਇਹ ਸ਼ੁਰੂ ਕੀਤੀ ਆ ਧਰਮ ਦਾ ਤਾਂ ਕੰਮ ਸਹੀ ਆ ਧਰਮ ਦਾ ਪ੍ਰਚਾਰ ਕਰੋ ਕਿਉਂਕਿ ਇਹਦੇ ਤੋਂ ਪਹਿਲਾਂ ਵੀ ਸਾਡੇ ਗੁਣੀ ਗਿਆਨੀ ਸਿੱਖ ਪ੍ਰਚਾਰਕ ਜਾਂ ਕਿਸੇ ਹੋਰ ਧਰਮ ਦੇ ਪ੍ਰਚਾਰਕ ਹੈਗੇ ਨੇ 100 150 بڑے ਉੱਚ ਪਦਵੀ ਵਾਲੇ ਨੇ ਗੁਣੀ ਗਿਆਨੀ ਪਰਜਾਨੇ ਉਹਨਾਂ ਨੂੰ ਕਿਉਂ ਨਹੀਂ ਮੰਨਦਾ ਜੀ ਇਹ ਗੱਲ ਇਹ ਕਿ ਪਹਿਲਾਂ ਮੋਨਾ ਕੋ ਨਾ ਸੀ ਇਹ ਜਾਂ 2 ਮਹੀਨੇ ਜਮ ਜਮ ਆਏ ਨੂੰ ਇਹਨੂੰ ਕਿੰਨੀ ਹਿਸਟਰੀ ਆ ਗਈ ਜੀ ਇਹ ਕਿਹੜਾ ਚਮਤਕਾਰ ਕਰਦਾ ਕੋਈ ਇਹਨੇ ਆ ਕੇ ਇਸ ਕਰਕੇ ਜਿਹੜਾ ਵਾਇਲੇਸ਼ਨ ਕਰਦਾ ਆਪਾਂ ਕਹਿੰਦੇ ਆ ਧਰਮ ਨਾਲ ਜੋੜੋ ਹਰ ਬੰਦੇ ਨੂੰ ਜੋੜੋ ਮੈਂ ਵੀ ਧਰਮ ਨਾਲ ਜੁੜਿਆ ਹੋਇਆ ਹਾਂ ਇਸ ਕਰਕੇ ਆਪਾਂ ਵਾਇਲੇਸ਼ਨ ਨਹੀਂ ਕਰਨੀ ਇਹ ਵਾਇਲੇਸ਼ਨ ਨੂੰ ਜ਼ਿਆਦਾ ਕਰ ਰਹੇ ਆ ਲੋਕਾਂ ਨੇ ਖਸਾਰਿਆ ਇਹ ਕੰਮ ਨਹੀਂ ਕਰਨਾ ਆਪਾਂ ਨੇ ਸਾਡੀ ਜਾਨ ਜਾਂਦੇ ਚਲੀ ਜਾਏ ਸਾਡੇ ਗੋਲੀ ਮਾਰਨੇ ਗੋਲੀ ਮਾਰਦੇ ਜਿਵੇਂ ਵੀ ਇਹਨਾਂ ਨੂੰ ਲੱਗਦਾ ਲਾ ਲੈਣ ਪਰ ਸੱਚ ਤੇ ਖੜਨਾ ਪਊਗਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਰਕਾਰ ਬੈਠੀ ਆ ਸਰਕਾਰ ਸਾਡੀ ਸਰਕਾਰ ਨੂੰ ਅਪੀਲ ਪਾਈ ਹੋਈ ਆ ਫਿਰ ਤੁਸੀਂ ਪਰਸਨਲ ਤੌਰ ਤੇ ਬੁਤਲੇ ਕਿਉਂ ਫੂਕ ਰਹੇ ਹੋ ਪਰਸਨਲ ਖਾਲਿਸਤਾਨ ਦਾ ਕੀ ਮਤਲਬ ਲੋ ਜੀ ਫਿਰ ਤੁਹਾਨੂੰ ਤੁਹਾਨੂੰ ਕਾਨੂੰਨ ਤੇ ਯਕੀਨ ਨਹੀਂ ਆ ਤੁਹਾਨੂੰ ਸਰਕਾਰ ਤੇ ਯਕੀਨ ਨਹੀਂ ਆ ਅ ਖਾਲਸਤਾਨ ਮਰਦਾਬਾਦ ਗੁਰਸਿਮਰਨ ਸਿੰਘ ਮੰਡਰੇ ਬਾਹ ਦੇ ਕੱਲੇ ਲਿਖਾਇਆ ਪੰਜਾਬ ਖਾਲਸ ਖਾਲਸ ਦਾ ਮਤਲਬ ਕੀ ਹੁੰਦਾ ਖਾਲਸ ਦਾ ਸਹੀ ਕੁਝ ਨਹੀਂ ਖਾਲਸ ਦਾ ਮਤਲਬ ਹੁੰਦਾ ਕੀ ਹੈ ਸਾ ਅਸੀਂ ਖਾਲਸ ਦਾ ਮਤਲਬ ਅਸੀਂ ਹਿੰਦੂ ਵੀ ਰਹਿਣਾ ਐ ਤੇ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬੋਧੀ ਸਾਰੇ ਅਸੀਂ ਇੱਕ ਇੱਕ ਪਰਿਵਾਰ ਦੇ ਮੈਂਬਰਾਂ ਅਸੀਂ ਸਾਡਾ ਕੰਮ ਹੁੰਦਾ ਸਚਾਈ ਸਾਡਾ ਕੰਮ ਸਚਾਈ ਦਿਖਾਉਂਦਾ ਨਾ ਅਸੀਂ ਖਾਲਸਤਾਨ ਨੂੰ ਪ੍ਰਮੋਟ ਕਰਦੇ ਆ ਨਾ ਅਸੀਂ ਕਿਸੇ ਹੋਰ ਸੰਸਥਾ ਨੂੰ ਨਾ ਅਸੀਂ ਭਾਈ ਅਮਰਪਾਲ ਸਿੰਘ ਨੂੰ ਪ੍ਰਮੋਟ ਕਰਦੇ ਆ ਨਾ ਅਸੀਂ ਤੁਹਾਨੂੰ ਪ੍ਰਮੋਟ ਕਰਦੇ ਆ ਸਾਡਾ ਕੰਮ ਕੀ ਹੈ ਸੱਚ ਦਿਖਾਉਣਾ ਪਰ ਤੁਹਾਡੀਆਂ ਗੱਲਾਂ ਹੀ ਤੁਸੀਂ ਆਪਣੀਆਂ ਗੱਲਾਂ ਚਾਹ ਪ ਦੇਉ ਤੁਸੀਂ ਇਹ ਗੱਲ ਹੁਣੇ ਕਹਿ ਕੇ ਹਟਿਓ ਕਿ ਕੇਂਦਰ ਸਰਕਾਰ ਨੂੰ ਸਾਡੀ ਇੱਕ ਐਪਲੀਕੇਸ਼ਨ ਸੌਂਪੀ ਹੋਈ ਆ ਅਪੀਲ ਦਿੱਤੀ ਹੋਈ ਆ ਫਿਰ ਜਦੋਂ ਤੁਹਾਨੂੰ ਫਿਰ ਇਹ ਮੇਰਾ ਸਵਾਲ ਤੇ ਹੀ ਆ ਨਾ ਕਿ ਫਿਰ ਕਾਨੂੰਨ ਤੇ ਭਰੂਸਾ ਨਹੀਂ ਫਿਰ ਇੱਕ ਪਾਸੇ ਤੁਸੀਂ ਲਾਈਵ ਵੀਡੀਓ ਪਾ ਪਾ ਕੇ ਤੁਸੀਂ ਆਪਣੇ ਘਰ ਦੇ ਮੂਰੇ ਵੀਡੀਓ ਪਾ ਪਾ ਕੇ ਤੁਸੀਂ ਕਹਿ ਰਹੇ ਹੋ ਸੁਣੋ 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 ਜਦੋਂ ਇਹ ਸਾਡੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਬਕਵਾਸ ਕਰਦਾ ਪਿਆ ਮੈਂ ਇੰਦਰਾ ਗਾਂਧੀ ਜੀ ਦਾ ਆਈਡਲ ਆ ਉਹ ਸਾਡੀ ਇੰਦਰਾ ਗਾਂਧੀ ਦੇ ਖਿਲਾਫ ਬਕਵਾਸ ਮਾਰੂਗਾ ਫਿਰ ਉਹਨੂੰ ਕੱਸੀ ਚਰ ਲਈਏ ਉਹਨੂੰ ਅਜੇ ਮੈਂ ਨਹੀਂ ਚੱਰਦਾ ਕਦੇ ਸਾਰੇ ਪੰਜਾਬ ਕੱਲਾ ਗੁਰਸਮਨ ਸੰਮਾਨਿੰਦਰਾ ਗਾਂਧੀ ਰਜੀਵ ਗਾਂਧੀ ਬਿਆਨ ਸਿੰਘ ਨਾਲ ਚੱਲਦਾ ਬਿਆਨ ਸਿੰਘ ਨਾਲ ਕੁਝ ਲੋਕ ਸਾਰੇ ਚੱਲਦੇ ਹੋਣੇ ਆ ਦੋ ਪਰਿਵਾਰਾਂ ਨਾਲ ਗਾਂਧੀ ਪਰਿਵਾਰ ਨਾਲ ਗੁਰਸਮਨ ਮੰਡ ਕੱਲਾ ਚੱਲਦਾ ਵਾ ਸਾਡੇ ਕਾਂਗਰਸੀ ਭਰਾਵਾਂ ਵੀ ਚੱਲਦੇ ਕੱਲ ਨੂੰ ਵਰਸੀ ਆ ਦੇਖ ਲਓ ਕਿੰਨੇ ਮਨਾਉਂਦੇ ਆ ਸਿੱਖ ਭਰਾ ਸਾਡੇ ਉਹ ਵੀ ਡਰ ਜਾਂਦੇ ਆ ਕਮਲਜੀਤ ਸਿੰਘ ਬਰਾੜ ਤੁਹਾਨੂੰ ਪਤਾ ਆ 84 84 ਦੇ ਵਿੱਚ ਅਟੈਕ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਦੀ ਅਸੀਂ ਗੱਲ ਕਰ ਲਈ ਗਏ ਕਈ ਲੋਕ ਮੰਨਦੇ ਆ ਲੋ ਬਹੁਤ ਸਾਰੇ ਲੋਕ ਮੰਨਦੇ ਆ ਕਿ ਉਹ ਜਿਹੜਾ ਅਟੈਕ ਹੋਇਆ ਸੀ ਉਹ ਇੰਦਰਾ ਗਾਂਧੀ ਵੱਲੋਂ ਕਰਵਾ ਉਹ ਦਾ ਪ੍ਰਧਾਨ ਮੰਤਰੀ ਸੀ ਨਾਂ ਲੱਗਣੇ ਲੱਗਣਾ ਸੀ ਉਹਦਾ ਜਿਹੜੇ ਵਿੱਚ ਅਕਾਲੀ ਦਲ ਬੰਦੇ ਸੀਗੇ ਜਿਕਰ ਚਾਨ ਸਿੰਘ ਟੋੜਾ ਸੀ ਪ੍ਰਕਾਸ਼ ਸਿੰਘ ਬਾਲਦਵੀਰ ਬਿਰਸਾ ਸਿੰਘ ਬਲਟੋਆ ਜੀ ਬਾਵੇਂ ਹਰਮਿੰਦਰ ਗੱਲ ਹੋਣੀ ਇਹ ਬਾਵੇਂ ਖੜੀ ਕਰਕੇ ਕਿਉਂ ਆਏ ਜੀ ਜੋ ਵੀ ਆਪਾਂ ਕਿਸੇ ਦੇ ਧਰਮ ਤੇ ਕੋਈ ਨੁਕਸਾਨ ਹੁੰਦਾ ਉਹਦੇ ਆਪਾਂ ਨਿੰਦਣਯੋਗ ਆ ਬਹੁਤ ਅਫਸੋਸ ਕਰਦੇ ਆ ਵੀ ਮਾੜਾ ਹੋਇਆ ਲੇਕਿਨ ਜਿਹੜਾ ਵਿੱਚ ਬੰਦਾ ਬੈਠਾ ਸੀ ਉਹੀ 100% ਗਲਤ ਸੀ ਜਰਨੈਲ ਸਿੰਘ ਭਿੰਡਰਾਂ ਵਾਲਾ ਗਲਤ ਸੀ ਉਥੇ ਜੇ ਆਪ ਕੋਈ ਕਿਸੇ ਵੀ ਧਰਮ ਦਾ ਕੋਈ ਨੁਕਸਾਨ ਹੋ ਰਿਹਾ ਜਾਂ ਸਾਡਾ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਬਾਹਰ ਆ ਜਾਂਦਾ ਉਹ ਮੇਰੇ ਮਨ ਹਰ ਲੋਈ ਮਨ ਨੂੰ ਗਿਰਸਾਰੀ ਮੇਰੇ ਪਾ ਲੋ ਜੀ ਉਹਦਾ ਹੰਕਾਰਗਰ ਬੰਕਰ ਬਣਾਏ ਅਸਾਲਟ ਆਈਆਂ ਐਲ ਐਮ ਜੀ ਕਿੱਥੋਂ ਆਈਆਂ ਦੱਸੋ ਜੀ ਬੰਕਰ ਕਿੱਥੋਂ ਬਣਾਏ ਗਏ ਉਹਨਾਂ ਨੇ ਪਹਿਲਾਂ 1100 ਬੰਦੇ ਨੂੰ ਅਮਤ ਸ਼ਿਕਾਇਆ ਅੱਜ ਫੇਰ ਕਈ ਕਈ ਅੱਜ ਅਮਤ ਉਹਨਾਂ ਨੇ ਸ਼ਿਕਾਇਆ ਤੁਹਾਡੀ ਦੇਣ ਕੀ ਹੈ ਮੈਂ ਤਾਂ ਇਹੀ ਗੱਲ ਪੁੱਛਦਾ ਤੁਹਾਡੀ ਪੰਜਾਬ ਨੂੰ ਦੇਣ ਕੀ ਹੈ ਸਾਡੀ ਲੋਕਾਂ ਨੂੰ ਅਸੀਂ ਹਰ ਮਾਂ ਭੈਣ ਬਜ਼ੁਰਗ ਨੂੰ ਇਹੀ ਅਪੀਲ ਕਰਨੀ ਆ ਵੀ ਸ਼ੁਕ ਸ਼ਾਂਤੀ ਸ਼ੁਕ ਸ਼ਾਂਤੀ ਰਹਿਣ ਦਿਓ ਕਰੋਨਾ ਕਾਲ ਵਿੱਚ ਕਿੰਨੇ ਬੰਦੇ ਸ਼ਹੀਦ ਹੋਗੇ ਕਿੰਨੀ ਪੰਜਾਬ ਪੁਲਿਸ ਸਾਡੀ ਕੰਮ ਕਰਦੀ ਪਈ ਆ ਅੱਜ ਤੋਂ ਅੱਜ ਨਹੀਂ ਜੱਤੋਂ 1861 ਤੋਂ ਆਈ ਆ 24 ਘੰਟੇ ਕੰਮ ਕਰ ਰਹੀ ਆ ਫੇਰ ਅਸੀਂ ਤਾਂ ਇੱਕ ਸਪੋਰਟਰ ਬਣਨਾ ਬਾਹਾਂ ਬਾੜ ਕੇ ਜਾਣਾ ਤੁਹਾਡੀ ਵੀ ਅਸੀਂ ਬਾਹਾਂ ਬਣਨਾ ਪੁਲਿਸ ਦੀ ਵੀ ਬਾਹਾਂ ਬਣਨਾ ਸਰਕਾਰ ਦੀ ਬਾਹਾਂ ਬਣ ਕੇ ਜਾਣਾ ਚਾਹੇ ਆ ਆਮ ਪਾਰਟੀ ਆ ਕਾਂਗਰਸ ਆ ਅਕਾਲੀ ਆ ਭਾਜਪੀ ਆ ਅਸੀਂ ਤਾਂ ਬਾਹਾਂ ਬਣ ਕੇ ਜਾਣਾ ਇਹ ਤੇ ਗੈਂਗਸਟਰ ਆ ਅਸੀਂ ਗੈਂਗਸਟਰ ਦੇ ਖਿਲਾਫ ਅਪੀਲ ਕਰਦੇ ਆ ਗੈਂਗਸਟਰ ਨੂੰ ਫੜਾਓ ਜੇ ਨਹੀਂ ਤੁਹਾਨੂੰ ਕੋਈ ਫੜਾ ਸਕਦਾ ਮੈਨੂੰ ਦੱਸ ਦਿਓ ਮੇਰਾ ਨਾਮ ਮੈਨੂੰ ਦੱਸ ਦਿਓ ਮੈਂ ਫੜਾ ਦਿੰਨਾ ਭਾਈ ਕਿ ਨਹੀਂ ਨਹੀਂ ਸਾਨੂੰ ਮਾਰ ਦੇਣਗੇ ਜੀ ਮਾਰ ਦੇ ਨਾ ਮਰਨਾ ਤੇ ਇੱਕ ਵਾਰ ਹੀ ਆ ਨਾ ਪਰ ਦੋ ਵਾਰੀ ਤੇ ਮਰਨਾ ਨਹੀਂ ਹੈਗਾ ਆਪਾਂ ਕ੍ਰਾਈਮ ਕਰਨ ਵਾਲੇ ਨੂੰ ਕਿਉਂ ਬਿਠਾਣੇ ਆ ਆਪਾਂ ਆਪਦੇ ਘਰਾਂ 'ਚ ਮਾਨ ਸਰ ਜਿਹੜਾ ਮੇਰਾ ਸਵਾਲ ਹੈ ਉਹਦਾ ਜਵਾਬ ਦਿਓ ਕਿ ਤੁਹਾਡੀ ਪੰਜਾਬ ਨੂੰ ਦੇਣ ਕੀ ਹੈ ਕੀ ਤੁਸੀਂ ਪੰਜਾਬ ਲਈ ਕੀਤਾ ਕੀ ਹੈ ਨਹੀਂ 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 ਕੀਤਾ ਨਹੀਂ ਕੀਤਾ ਇਹ ਪ੍ਰਮਾਤਮਾ ਜਾਣਦਾ ਹੁਣ ਆਪਾਂ ਹਰ ਹਰ ਗੱਲ ਇਹ ਤੋਂ ਲੈ ਕੇ ਜੜਦਾ ਮੀਡੀਆ ਜਿੱਥੇ ਗੱਲ ਕਰ ਸਕਦੇ ਤੁਸੀਂ ਤੁਸੀਂ ਸਿਰਫ ਇੰਨਾ ਹੀ ਕੀਤਾ ਤੁਸੀਂ ਪਿੰਡਰਾਵਲ ਦੇ ਖਿਲਾਫ ਬੋਲਦੇ ਹੋ ਤੁਸੀਂ ਅਮਰਤਪਾਲ ਦੇ ਖਿਲਾਫ ਬੋਲਦੇ ਹੋ ਤੁਸੀਂ ਬੋਲ ਬੋਲ ਕੇ ਤੁਸੀਂ ਤੁਸੀਂ ਬੋਲ ਬੋਲ ਕੇ ਤੁਸੀਂ ਸਿਕਿਉਰਟੀਆਂ ਲੈ ਲਈਆਂ 15-15 ਮੁਲਾਜ਼ਮ ਤੁਸੀਂ ਚੱਕੀ ਫਿਰਦੇ ਹੋ ਜਿਹੜੇ 15 ਮੁਲਾਜ਼ਮਾਂ ਦੀ ਤਨਖਾਹ ਸਰਕਾਰ ਵੱਲੋਂ ਆਉਂਦੀ ਹੈ ਲੋਕਾਂ ਦਾ ਪੈਸਾ ਲੋਕਾਂ ਦੀ ਜੇਬ ਚੋਂ ਤੁਸੀਂ ਆਪਣੇ ਖਰਚੇ ਚਲਾ ਰਹੇ ਹੋ ਸਿਰਫ ਆਪਣੇ ਲਈ ਤੁਸੀਂ ਸਿਕਿਉਰਟੀਆਂ ਲੈਣ ਦੀ ਖਾਤਰ ਸਾਰਾ ਕੁਝ ਕਰਦੇ ਹੋ ਛੱਡੋ ਇਹ ਪੰਜਾਬ ਸਰਕਾਰ ਕੇਂਦਰ ਸਰਕਾਰ ਨੇ ਦੇਖਣਾ ਵਾ ਬਈ ਆਪਾਂ ਕੀ ਦੇਣੀਆ ਨਹੀਂ ਦੇਣੀ ਕਿਸੇ ਨੂੰ ਇਹ ਬਲਜੀਤ ਸਿੰਘ ਦਾਦੂਵਾਲ ਨੂੰ ਕੀ ਖਤਰਾ ਦੱਸੋ ਜੀ ਜਾਂ ਬਾਬਾ ਬਲਬੀਰ ਸਿੰਘ ਜੀ ਸਿੱਖ ਆਗੂ ਨੇੜੇ ਉਹਨਾਂ ਕੋਲੇ ਆ 99 ਕਰੋੜੀ ਜੀ ਹੋਰ ਬੰਦੇ ਕਿੰਨੇ ਲੋਕਾਂ ਕੋਲੇ ਹੋਣੇ ਲੱਖੇ ਸਧਾਨੇ ਕੋਲੇ ਵੀ ਜਾਂਦਾ ਤੁਹਾਨੂੰ ਤੁਹਾਨੂੰ ਕੀ ਖਤਰਾ ਫਿਰ ਲੋਕਾਂ ਤੋਂ ਤੁਹਾਨੂੰ ਤੁਹਾਨੂੰ ਤਾਂ ਇਹੀ ਖਤਰਾ ਫਿਰ ਤੁਸੀਂ ਜ਼ਿਆਦਾਤਰ ਤੁਸੀਂ ਖਲਾਫ ਬੋਲਦੇ ਹੋ ਪਿੰਡਰਾ ਵਾਲੇ ਤੇ ਖਲਾਫ ਬੋਲਦੇ ਹੋ ਤੁਸੀਂ ਜੇਸੇ ਆਪਣੇ ਜਿਹੜੇ ਦੇਸ਼ ਦੀ ਮਿੱਟੀ ਦੇ ਰਹਿਣਾ ਅਨਸਾਰ ਆਪਣੇ ਦੇਸ਼ ਨੂੰ ਉੱਚਾ ਚਖਣਾ ਫੇਰ ਤਾਂ ਮਾੜੀ ਗੱਲ ਨਹੀਂ ਨਾ ਹੈਗੀ ਅਸੀਂ ਆਪਣੇ ਦੇਸ਼ ਲਈ ਖੜੇ ਆ ਉਸ ਮਿੱਟੀ 'ਚ ਮਰਨਾ ਆਪਣੇ ਦੇਸ਼ ਦੀ ਅਸੀਂ ਪਾਕਿਸਤਾਨ ਦੀ ਗੱਲ ਨਹੀਂ ਕਰਨਾ ਪਾਕਿਸਤਾਨ ਦੇ ਖਿਲਾਫ ਬੋਲਣਾ ਸੀ ਜਿਹੜੇ ਰਿੰਦਾ ਹੋਣੀ ਬੈਠੇ ਆ ਲਾੜੇ ਹੋਣੀ ਬੈਠੇ ਆ ਗੋਲਡੀ ਬਰਾਡ ਹੋਣੀ ਬੈਠੇ ਆ ਸਿੱਧੂ ਮੂਸੇਵਾਲੇ ਨੂੰ ਕਿ ਮਰਵਾਦਾ ਜੀ ਪਰ ਉਹਨਾਂ ਨੇ ਸਿੱਧੂ ਮੂਸੇਵਾਲੇ ਜਿਹੜਾ ਗੀਤਕਾਰ ਕਹਿੰਦਾ ਸੀ ਚਾਹੇ ਸਾਡੀ ਉਹਨਾਂ ਨੂੰ ਸੋਚ ਨਹੀਂ ਮਿਲਦੀ ਸੀ ਪਰ ਮਾਰਤਾ ਨਾ ਕਲੇ ਨੇ ਫੇਰ ਕੀ ਫਾਇਦਾ ਹੋ ਕਾਮਰ ਬਲਵੰਦਰ ਨੂੰ ਮਾਰਿਆ ਕਿਉਂ ਮਾਰਿਆ ਗਿਆ ਦੱਸੋ ਜੀ ਪਾ ਆਪਣਾ ਗਗਨੇਜਾਂ ਜਿਹਨੂੰ ਕਿਉਂ ਮਾਰਿਆ ਪਾਸਟਰ ਜਿਹਨੂੰ ਕਿਉਂ ਮਾਰਿਆ ਸਲੇਮ ਡਾਬਰੀ ਵਾਲਿਆਂ ਨੂੰ